ਗਾਇਸ ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਬਾਈ। ਸੁਬਾਹ ਦੇ ਵਜ ਰਹੇ ਆ, ਅੱਜ ਨਿਕਲ ਰਹੇ ਹਾਂ ਪੰਜਾਬ। ਲਾ 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 ਜੀ, ਗੱਡੀ ਦਾ ਹੋਊ ਅੱਜ ਕੰਮ ਬਾਈ। ਗਾੜੀ ਆ ਰਹੀ ਹੈ ਪੰਜਾਬ ਸਹੀ ਮੈਂ ਬਾਈ। ਵਲੌਗ ਮੈਂ ਪੂਰੇ ਬਣੇ ਰਹੀਏਗਾ, ਆਜ ਕੇ ਮਜ਼ਾ ਆ ਜਾਏਗਾ ਆਪਕੋ ਕਸਮ ਸੇ ਬਾਈ। ਉੱਪਰ ਸੇ ਗਰਮੀ ਬਹੁਤ ਹੈ ਯਾਰ, ਕਰਨਾ ਕਿਆ। ਇਹ ਬਾਈ ਚਾਰਜਿੰਗ ਵਾਲਾ ਜਗਾੜ ਬਣ ਗਿਆ, ਇਹੀ ਤਾਂ ਸਭ ਤੋਂ ਮੇਨ ਤਾਂ ਹੈ। ਨੋਰਮਲ ਵੀ ਚੱਲੂਗੀ ਕਿ ਬਲਿੰਕ ਕੇ ਕਰੂਗੀ? ਬਲਿੰਕ ਕੇ ਕਰਨੀ ਨਾ। ਦੋਨੋਂ ਗੱਡੀਆਂ ਖੜੀਆਂ ਹੋਈਆਂ ਹੈ, ਚੱਕਿਆ ਹੋਇਆ ਕੰਮ। ਬਾਬੇ ਨੁਕਸਾਨ ਲਓ ਵੀ, ਬਾਬੇ ਚੱਲੀਏ ਲਓ ਵੀ ਲਓ। ਬਾਬੇ ਗੱਡੀ ਹੋ ਗਈ ਗਰਮ ਜੀ। ਕਿਆ ਹਾਲ ਹੈ, ਕਿਆ ਹਾਲ ਹੈ ਜੀ। ਬਾਈ ਪ੍ਰਿੰਸ ਬਾਈ ਕਰਾਂਗੇ, ਬੁਲਟ ਕਾ ਕੰਮ ਮੈਂ ਕਰਾਊਂਗਾ, ਚੇਤਕ ਕਾ ਕੰਮ ਬਾਈ। ਬਾਈ ਇੱਕ ਸੀਨ ਔਰ ਹੈ, ਸੱਚੀ ਬਤਾ ਮੈਂ ਨੰਬਰ ਪਲੇਟ ਵੀ ਨਹੀਂ ਇਸ ਵੇਲੇ ਲਗਾਈ ਹੋਈ। ਕਸਮ ਦੇ ਬਾਈ, ਕੋਈ ਰਾਸਤੇ ਮੇਂ ਲਫੜਾ ਨਾ ਹੋ, ਨਾ ਅੱਗੇ ਹੈ ਨਾ ਪਿੱਛੇ ਹੈ ਬਾਈ, ਇਹ ਰਹੀ ਨਾ ਅੱਗੇ ਹੈ ਨਾ ਪਿੱਛੇ, ਕੋਈ ਨੰਬਰ ਪਲੇਟ ਨਹੀਂ ਹੈ ਬਾਈ। ਕਿਆ ਹਾਲ ਹੈ? ਬੜੀਆ ਬੜੀਆ। ਚਲੇ ਆਪ ਵੀ ਚਲੇ ਆ, ਚਲੋ ਜੀ ਚਲੋ। ਬੰਦਾ ਨਹੀਂ ਆ ਰਹਾ, ਤੀਜਾ ਚੌਥਾ ਬੰਦਾ ਹੈ। ਲੋਕੋ ਆਪਣੀ ਜਰਨੀ ਸਟਾਰਟ ਹੋ ਜੂਗੀ, ਆਪਣਾ ਟਰੈਵਲ ਸਟਾਰਟ ਹੋ ਗਿਆ ਬਾਈ। ਸੁਬਹ ਕੇ ਵਜ ਰਹੇ ਹੈ ਨੌ ਵਜੇ ਬਾਈ। ਅਭੀ ਪਹੁੰਚ ਗਏ ਫੋਰ ਲਾਈਨ ਪੇ, ਅਭੀ ਪਹਿਲੇ ਡਲੇਗਾ ਗਾੜੀ ਮੇਂ ਪੈਟਰੋਲ, ਪੰਪ ਵੀ ਡਲਵਾਤੇ ਹੈ। ਹਿਮਾਚਲ ਮੇਂ ਬਾਈ ਸਸਤਾ ਹੈ ਥੋੜਾ ਸਾ ਪੈਟਰੋਲ, ਅਭੀ ਬੁਲਟ ਆ ਹੀ ਨਹੀਂ ਰਿਹਾ ਵਿੱਚ। ਬੁਲਟ ਆਇਆ ਨਹੀਂ ਵਿੱਚ ਬਾਈ, ਗਾੜੀ ਪਿੱਛੇ ਰਹਿ ਗਈ ਹੈਗਾ। ਹੌਲੀ ਹੌਲੀ ਚਲੋ ਆ ਗਏ ਅਸੀਂ, ਹੈ ਠੀਕ ਹੈ ਜੀ ਬਾਈ। ਉਹ ਟੈਂਕੀ ਫੁੱਲ ਤਾਂ ਹੋ ਗਈ ਇਸਕੀ, ਪਹਿਲੇ ਵੀ ਇਸਮੇ ਤੇਲ ਥਾ ਬਾਈ, ਆ ਜਾਤਾ ਇਸਮੇ 500 ਕਾ ਤੇਲ ਬਾਈ। ਫੁੱਲ ਇਤਨੀ ਹੈ ਨਾ ਟੈਂਕੀ ਬਾਈ, ਟੇਢੇ ਕਰਨਾ ਥੋੜ੍ਹਾ, ਟੇਢਾ ਕਰਨਾ ਬਾਈ, ਪੈਟਰੋਲ ਵੀ ਗਿਰ ਜਾਏਗਾ। ਵਲੌਗ ਸ਼ੂਟ ਹੋ ਰਿਹਾ ਹੈ ਗਾੜੀ ਦਾ ਭਾਈ, ਬੰਦੇ ਗਾੜੀ ਕੋ ਦੇਖ ਰਹੇ ਹੈ ਬਾਈ। ਇੱਕ ਛੋਟਾ ਸਾ ਬ੍ਰੇਕ ਲੇਤੇ ਹੋਏ, ਗਾੜੀ ਕੇ ਟਾਇਰ ਵਾਂਗ ਆ ਗਏ, ਦੇਖ ਲਓ ਬਾਈ ਇੰਜਨ, ਇੰਜਨ ਬਾਈ ਗਰਮ ਹੋ ਗਿਆ ਤਗੜਾ। ਲਓ ਜੀ, ਦੋਨੋਂ ਗੱਡੀਆਂ ਖੜੀਆਂ ਹੋਈਆਂ ਹੈ, ਚੱਕਿਆ ਹੋਇਆ ਕੰਮ। ਬਾਬੇ ਨੁਕਸਾਨ ਨੈਟ ਸੋ ਅੰਦਰ ਹੀ ਹਣ ਤੇ ਜਾਂਦਾ ਨਹੀਂ, ਟਿਕੇ ਰਹਿਣਾ ਬਾਈ ਨੈਟ ਬਾਈ ਨਹੀਂ ਪੁੱਜਣਾ ਰਾ। ਧੀਰੇ ਧੀਰੇ ਗਾੜੀ ਥੋੜੀ ਧੀਰੇ, ਹਲਕੇ ਹਲਕੇ ਲੈ ਕੇ ਜਾਣੀ ਪੜੇਗੀ। ਮਤਲਬ ਜੰਪ ਮੇਂ ਨਾ ਉਸ ਜੰਪ ਦਾ ਪਿੱਛੇ ਟਨਲ ਦੇ ਪਿੱਛੇ ਜਾ ਕੇ ਜੰਪ, ਵਹਾਂ ਪੇ ਕਾਂਡ ਹੋ ਗਿਆ ਯਾਰ ਜੀ। ਐਕਚੁਅਲੀ ਜੰਪ ਤਾਂ ਜ਼ਿਆਦਾ, ਗਾੜੀ ਸੀ ਥੋੜੀ ਤੇਜ਼, ਜਿਸ ਵਜ੍ਹਾ ਸੇ ਬਾਈ ਮੈਂ ਬ੍ਰੇਕ ਤੋਂ ਮਾਰੀ ਮੈਨੇ, ਪਰ ਜਦ ਤੱਕ ਉਹ ਅਗਲਾ ਟਾਇਰ ਜੁਗਾ ਖੱਡੇ ਮੇਂ ਜਾ ਚੁੱਕਾ ਦਾ ਯਾਰ। ਰੋਡ ਕੇ ਬੀਚ ਮੇਂ ਬਾਈ ਐਸੇ ਨਾਲਾ ਬਣਾ ਦਿਆ ਹੈ, ਕਿਆ ਕੀ ਹੈ ਬਾਈ ਫੋਰ ਲਾਈਨ ਕਾ ਹੈ,
तीसरा बंदा को थर्ड पार्ट थर्ड पर्सन चला हो भाई वो तो मर जाए ऐसे, उसके तो गाड़ी गुड़ी का रिंग टूट जाए भाई, तगड़ा जंप है गाँव में बनाया हुआ। यहाँ से शुरू हो रहा है रेलवे प्रोजेक्ट जो भानुपल्ली ले वाला जो बिलासपुर होके जा रही है ना ट्रेन पटरी, यहाँ से जा रही है भाई इस वाली जगह से। पंजाब की सड़कों पे दौड़ रहा है चेतक, ब्लैक चेतक वापे हो भाई, यहाँ पे ऐसा एक्सीलेटर दे रखो बस गाड़ी चलती रहेगी बढ़िया। लो जी नजारा बच गया भाई, जंप था उत्थे जंप जाने दा टायर गया स्कूटर दा, हौली गल है पर बचिया नहीं, ये तो रास्ते देखे नहीं ऐदे आ गए थे नाल अपने भरा जेड़े भाजी काम करवा रहे गड्डी दा। तो 1000 दी आई बैटरी, 4 साल दी थी, 2 साल दी गारंटी ते 2 साल दी वारंटी। तो पीसीएल लाइट खराब ये ना भाई, घुमार में चेक करी थी ना उस दिन भाई, ये अगर उससे कर दी थी हॉर्न वाली वायर से ये खराब हुई भाई, इसको मत लेना कभी भी। चल ही नहीं रही, खराब हो गई है, नीचे लग जानी है, होर नहीं लगवाने, होर नहीं लगवाने जी इतना। ਬਲਿੰਕਨ ਕਰਾ ਦਿੰਦੇ ਦਿੱਕਤ ਆਇਆ ਕਰਨੀ ਹੈ, ਇੱਕ ਕਰਾ ਦਿੰਦੇ ਫਿਰ ਪੜਨਾ ਵੀ ਥੱਲੇ ਪੁੱਛੋ ਦੂਰ ਦੇ ਲਈ ਹੈ ਨਾ ਕੰਪਿਊਟਰ ਦੇ, ਹੋਰ ਹੋਰ ਦੂਰ ਪੈ ਤਾਂ ਕਾਫੀ ਦੂਰ ਹੈ, ਦੂਰ ਹੈ ਨਹੀਂ, ਹੁਣ ਤਾਂ 4 ਲਾਈਨ ਬਣ ਗਿਆ ਕਿੰਨਾ, ਇੱਕ ਸਾਈਡ 70 ਕਿਲੋਮੀਟਰ ਪੈਂਦਾ ਨਹੀਂ ਉਦੋਂ। ਚਾਰਜਿੰਗ ਜਗ੍ਹਾ ਅਲੱਗ ਬਣਨਾ ਭਾਈ ਹੈ, ਲਾਈਟਾਂ ਵਾਲੀ ਕਨੈਕਸ਼ਨ ਦਿੱਤਾ ਜਾ ਰਿਹਾ ਵਾਈਟ, ਹਾਂ ਇੰਨਾ ਹੋਊ ਲਾਈਟ ਬਲਿੰਕ ਆ ਲਓ ਭਾਈ। ਟਿਊਨਰ ਹਾਂਜੀ ਟਿਊਨਰ ਆ, ਮੋਕਸੀ ਕੰਪਨੀ ਦਾ, ਹਾਂਜੀ ਮੋਕਸੀ ਕੰਪਨੀ ਦਾ ਟਿਊਨਰ, ਦੇਖ ਲਓ ਜੀ ਨੌਲੇਜ ਇੰਨਾ ਕੀ ਕਹਿੰਦੇ ਪਏ ਬਾਈ, ਮੈਂ ਚੇਂਜਰ ਟਿਊਨਰ, ਅੱਛਾ ਚੇਂਜਰ ਟਿਊਨਰ
ਇਹਨਾਂ 'ਚ ਇੱਕ ਲਾਈਟ ਹੋਊਗੀ ਬਲਿੰਕ ਅਤੇ ਇੱਕ ਸਿੱਧੀ ਨੋਰਮਲ ਚੱਲੂਗੀ, ਜੇ ਆਹ ਵਾਲੀ ਜਿਹੜੀ ਹੈ ਨਾ ਆਹ ਵਾਲੀ ਨੋਰਮਲ ਚੱਲੂਗੀ ਅਤੇ ਆਹ ਬਲਿੰਕ ਕਰੂਗੀ ਇਹ ਟਿਊਨਰ ਨਾਲ, ਅਤੇ ਇਹ ਟਿਊਨਰ ਲਗਾਉਣਾ ਮੈਂ ਕਿਹਾ ਲਿਆਂਦਾ ਵਾ ਤਾਂ ਮੈਂ ਕਿਹਾ ਲਗਵਾ ਲਈਏ। ਨੋਰਮਲ ਵੀ ਚੱਲੂਗੀ ਕਿ ਬਲਿੰਕ ਹੀ ਕਰੂਗੀ? ਬਲਿੰਕ ਹੀ ਕਰਨੀ ਹੈ। ਨੋਰਮਲ ਕਲੇ ਕਰੇ ਭਲਾ। ਅੱਛਾ ਇਹ ਸਿਸਟਮ ਠੀਕ ਹੋ ਗਿਆ। ਅੱਛਾ ਬੰਦ ਕਿੱਦਾਂ? ਬਾਰ ਬਾਰ ਅੱਛਾ ਚੱਲੀ ਜਾਣ, ਜਿੰਨੀ ਵਾਰ ਬੰਦ ਕਰਕੇ ਚਲਾਊਗਾ ਉਹ ਮੋੜ ਚੇਂਜ ਹੋਣਾ ਹੈ। ਹਾਲਾਂ ਵੀ ਭਾਈ ਦੇਖੋ ਪੰਜਾਬ 'ਚ ਘੋੜਿਆਂ ਦੇ ਸਮਾਨ ਜਾਂਦਾ ਇਹ ਭਾਈ ਚਾਰਜਿੰਗ ਵਾਲਾ ਜਗਾੜ ਬਣ ਜਾਂਦਾ, ਇਹੀ ਤਾਂ ਸਭ ਤੋਂ ਮੇਨ ਤਾਂ ਹੈ, ਚਾਰਜਰ ਦਾ ਮੇਨ ਆ। ਸਹੀ ਗੱਲ ਆ, ਚੱਲ ਗਿਆ ਬੈਟਰੀ ਚਾਰਜ ਹੋਈ ਹੈ ਜੀ। ਆਹੋ ਇਹ ਪਹਿਲਾਂ ਬੈਟਰੀ ਹੁੰਦੀ ਨਹੀਂ ਹੋਣੀ ਚੇਤਕ ਜਾਣਾ, ਇਹਨਾਂ 'ਚ ਨਹੀਂ ਹੁੰਦੀ ਇਹ ਸੈਲਫ ਵਾਲੇ ਉਹਨਾਂ ਦੀ। ਹਾਂ ਸੈਲਫ ਲਾਈ ਜਾਣਾ ਭਾਈ ਚੇਤਕ ਜਾਣਾ ਥੱਲੇ ਲਵਾਏ ਬਲਿੰਕਰ, ਬਾਕੀ ਬੈਟਰੀ ਲਵਾਈ ਨਵੀਂ। ਚਾਰਜਰ ਨਹੀਂ ਬਣਿਆ, ਪਾਂਚ ਚਾਰਜ ਨਹੀਂ ਬਣਿਆ, ਚਾਰਜ ਕਰਨ ਵਾਲਾ ਬੈਟਰੀ ਨੂੰ ਹੱਥ ਆਉਣਾ ਪਿਆ। ਦੇਖ ਲਓ ਰਿਲੇ ਲਵਾਤੀ ਸਾਰਾ ਦੇਸੀ ਲਗਾਉਣਾ ਹੈ। ਮਿੱਤਰੋ ਜੁਗਾੜ ਬਣ ਗਿਆ, ਇਹ ਭਾਈ ਚਾਰਜਿੰਗ ਵਾਲੇ ਕਨੈਕਸ਼ਨ ਅੰਦਰ ਤੋਂ ਦੇਣੇ ਪੈਣੇ, ਇਹ ਅੰਦਰੋਂ ਕੋਇਲ ਚੋਂ ਦੇਣੇ, ਕੋਇਲ ਚੋਂ ਜਾਣੇ, ਇਹ ਤਾਂ ਸਭ ਤੋਂ ਮੇਨ। ਜੇ ਬੈਟਰੀ ਰੱਖਤੀ ਚਾਰਜ ਕਿੱਦਾਂ ਹੋਣੀ ਹੈ? ਠੀਕ ਚੀਜ਼ ਹੈਗੀ ਨੀ ਭਾਈ ਹਿਮਾਚਲ 'ਚ ਕੰਮ। ਬਾਕੀ ਚਾਰਜਰ ਤੁਹਾਡਾ ਕਰੀ ਜਾਣਾ ਹਮੇਸ਼ਾ ਹੀ ਕੰਮ, ਠੀਕ ਹੈ ਭਾਈ। ਜਾਂ ਚੱਲਣਾ ਮੋਟਰ ਸਕੂਟਰ ਤਾਂ ਕਰਨਾ ਹੀ ਕਰਨਾ ਕੰਮ, ਠੀਕ ਹੈ ਚਾਰਜਰ ਦਾ। ਚਾਰਜਿੰਗ ਵਾਲਾ ਜਦੋਂ ਹੋ ਗਿਆ
ਅੱਗੇ ਆ ਰਿਹਾ ਪਲਾਈਵੁੱਡ ਚ ਲਿਆ ਪਲਾਈਵੁੱਡ